ਉਧਰ ਨਹੀਂ ਜਾ ਸਕਦਾ ਤੂੰ ਲਾਉਣਾ ਗੱਲ ਨਹੀਂ ਸੁਣਦੀ ਰੁਕ ਨਹੀਂ ਕਿਹਦਾ ਉਹ ਗਾਹਾਂ ਦੀ ਗਾਹ ਤਾਂ ਉਹ ਬਣ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇਨਸਾਨ ਦਿਖਾਉਣ ਆ ਤੁਹਾਨੂੰ ਪਛਾਣੋ ਕੌਣ ਆ ਇਹ ਵਲੌਗ ਮਾਸਟਰ ਬਾਬਾ ਜੀ ਸੁਣੀ ਠੰਡ ਲੱਗਦੀ ਆ ਅਰੇ ਠੰਡ ਮੇਰੀ ਗਰਦਨ ਖਤਮ ਹੋ ਗਈ ਨਾ ਗਰਦਨ ਖਤਮ ਹੋ ਗਈ ਟਕਣ ਦਾ ਮੂੰਹ ਨਹੀਂ ਦੇ ਦੇ ਨਿੱਗਾ ਰੱਖ ਲਈ ਲਵ ਪੈਣ ਚ ਕੀ ਹੋ ਗਿਆ ਠੀਕ ਆ ਗੱਲ ਤਾਂ ਸੁਣ ਲੈਣ ਦੋ ਪੂਰੀ ਦੱਸ ਤਾਂ ਦੇਣ ਦੋ ਹੁਣ ਆਪਾਂ ਸਾਰੇ ਦਰਸ਼ਕਾਂ ਨੂੰ ਦੱਸਦੇ ਆ ਵੀ ਆਪਾਂ ਵਿਆਹ ਤੋਂ ਪਹਿਲਾਂ ਸੇਵਾ ਕਰਨ ਜਾਂਦੇ ਹੁੰਦੇ ਸੀਗੇ ਠੀਕ ਹੈ ਗਊਸ਼ਾਲਾ ਚ ਜੂਨ ਜੁਲਾਈ ਦੇ ਮਹੀਨੇ ਤੇ ਉਦੋਂ ਬਾਅਦ ਚ ਵਿਆਹ ਆ ਗਿਆ ਸੀਗਾ ਤਾਂ ਕਰਕੇ ਇਧਰ ਜਾਣ ਅੰਦਰ ਕਰਕੇ ਆਪਾਂ ਸੇਵਾ ਕਰਨੀ ਬੰਦ ਕਰਤੀ ਸੀ ਨਾ ਵੀ ਵਿਆਹ ਤੋਂ ਬਾਅਦ ਆਇਆ ਕਰਾਂਗੇ ਤੇ ਵਿਆਹ ਤੋਂ ਬਾਅਦ ਵੀ ਟਾਈਮ ਨਹੀਂ ਲੱਗਿਆ ਹਨਾ ਲਵੂ ਦਾ ਕੰਮ ਮਤਲਬ ਕਿ ਅਜੇ 4-5 ਦਿਨ ਰਹਿ ਗਏ ਤੇ ਹੁਣ ਲਵੂ ਦੀ ਮਤਲਬ ਕਿ ਇੱਛਾ ਸੀਗੀ ਵੀ ਹਾਂ ਵੀ ਵਿਆਹ ਤੋਂ ਪਹਿਲਾਂ ਮੈਂ ਘਰ ਲੈ ਹੁੰਨੇ ਆ ਹਨਾ ਵੀ ਉਦੋਂ ਸੇਵਾ ਕਰਨ ਚਲੇ ਜਾਂਦੇ ਹੁੰਨੇ ਆਗੇ ਤੇ ਅੱਜ ਚੱਲਿਆ ਸੇਵਾ ਕਰਨ ਤੇ ਦਿਖਾਉਣਾ ਤੁਹਾਨੂੰ ਸਾਡੀ ਗਊਸ਼ਾਲਾ ਹਾਂ ਜਿੰਨੇ ਕੁ ਦਿਨ ਹਰ ਤੋਂ ਹੋਊਗੀ ਉਹਨਾਂ ਦਿਨ ਕਰਾਂਗੇ ਉਦੋਂ ਬਾਅਦ ਚ ਫਿਰ ਜਦੋਂ ਲਵੂ ਦਾ ਵਿਆਹ ਹੋਗਾ ਉਦੋਂ ਬਾਅਦ ਚ ਮੈਂ ਗੁਰੀ ਸੁੱਖੀ ਆਪਾਂ ਚੱਲਿਆ ਕਰਾਂਗੇ ਹਨਾ ਤਿੰਨੇ ਜਾਇਆ ਕਰੂੰਗੇ ਕੋਈ ਨਾ ਜਦੋਂ ਤੂੰ ਆਇਆ ਕਰੇਂਗੀ ਨਾ ਕਿ ਮੇਰਾ ਸਹਿਜ ਉਪਵਾਦ ਹੈ ਜਦੋਂ ਤੂੰ ਆਇਆ ਕਰੇਂਗੀ ਤੇ ਮੈਂ ਲੋ ਤੇ ਉਹਦੇ ਪੱਕਾ ਜਾਇਆ ਕਰਾਂਗੇ ਹਨਾ ਨਾਲ ਗੈਰੀ ਨੂੰ ਲੈ ਕੇ ਜਾਵਾਂਗੇ ਉਹਦਾ ਪੱਕਾ ਹੀ ਚੱਲਿਆ ਕਰਾਂਗੇ ਮੈਂ ਤਾਂ ਕਿਹਾ ਆਇਆ ਕਰੀ ਨਾ ਉਹ ਪਰੌਣੇ ਤੋਂ ਗੋਹਾ ਚਕਾਵਾਂਗੇ ਹਨਾ ਗੋਹਾ ਨਹੀਂ ਸੇਵਾ ਸੇਵਾ ਉਹ ਤਾਂ ਸੇਵਾ ਨੂੰ ਮਿਲਦਾ ਮੇਵਾ ਇਹ ਸਭ ਸੇਵਾ ਪਹੁੰਚ ਗਏ ਵੀ ਹਾਂ ਪੰਜਾਬੀ ਵੀਰ ਗੁਰੂ ਤੇਰਾ ਕੈਮਰਾ ਥੋੜਾ ਧੁੰਦਲਾ ਆਉਂਦਾ ਸਾਫ਼ ਕਰੋ ਪਿੱਛੋਂ ਸਾਫ਼ ਤਾਂ ਕਰ ਲਿਆ ਕਿੰਨਾ ਕੈਮਰਾ ਤੇਰਾ ਹੁਣ ਕਿਹੜਾ ਹੈਗਾ 13 ਪ੍ਰੋ 13 ਹੈ ਨਾ ਹਾਂ ਐਡਾ ਵੀ ਪੁਰਾਣਾ ਨਹੀਂ ਹੋਇਆ 13 ਪ੍ਰੋ ਦੇਖੀ ਮੜਾ ਜਾ ਕੈਮਰਾ ਬੰਦ ਤੋ ਗੁਰੀ ਧਿਆਨ ਕਿੱਥੇ ਤੇਰਾ ਇੱਕ 2 3 4 5 6 7 ਚੱਕ 7 ਵੀਡੀਓ ਸੀ ਆ ਗਈਆਂ ਕੈਮਰੇ ਚ ਲਈਆਂ ਸੀ ਰੀਲ ਤੇ ਪਾਉਣ ਵਾਲੀਆਂ ਆ ਜਾ ਪਹੁੰਚ ਗਏ ਉਸਾਲਾ ਉੱਤੇ ਟੋਏ ਚ ਡੱਗ ਪਿਆ ਸੀ ਚਲੋ ਥੋੜਾ ਉੱਚੀ ਬੋਲਿਓ ਬਾਬਾ ਬੋਲਦਾ ਆਵਾਜ਼ ਨਹੀਂ ਆਉਣੀ ਜਾਤਾਂ ਤਾਜ਼ੀਆਂ ਓਏ ਉਹ ਆ ਗਿਆ ਉਹ ਵੇ ਸਾਫ਼ ਕੀਤਾ ਪਿਆ ਸੇਵਾ ਤਾਂ ਗਈ ਪਰਲੇ ਚ ਦੇਖਦਾ ਇੱਧਰ ਵੀ ਆ ਜਾ ਵਿੱਚ ਦੀ ਵੀ ਆ ਜਾ ਸਾਫ਼ ਕੀਤਾ ਹਾਂ ਇੱਧਰ ਹੈਗੀ ਆ ਸੇਵਾ ਮਿਲ ਜੂ ਇੱਧਰ ਗਊ ਉਹ ਗਊਆਂ ਕਿੰਨੀਆਂ ਹੋ ਗਈਆਂ ਵੱਧ ਗਈਆਂ ਹਨਾ ਉਹ ਗਊਆਂ ਡਰ ਲੱਗ ਗਈਆਂ ਦੇਖ ਲੈ ਆਪਣੇ ਤੋਂ ਹੁਣ ਆਇਆ ਕਰਾਂਗੇ ਜੀ ਦੁਬਾਰਾ ਰੈਗੂਲਰ ਡੇਲੀ ਦੇਖ ਕੇ ਟਾਈਮ ਸਵੇਰੇ ਵੀ ਅਸੀਂ ਤਾਂ 5:30-6 ਵਜੇ ਆ ਜਾਂਦੇ ਹਾਂ ਠੀਕ ਆ ਜੀ 7 ਵਜੇ 7:15 ਵਜੇ ਅਸੀਂ ਪਸ਼ੂ ਛੱਡਦੇ ਹੀ ਜਾ ਠੀਕ ਆ ਜੀ ਤੇ ਸ਼ਾਮ ਨੂੰ ਕਿੰਨੇ ਵਜੇ ਸ਼ਾਮ ਨੂੰ ਇਹ ਵੀ ਜੋ ਕਰਦੇ ਨੇ ਜੀ 1:30-2 ਵਜੇ ਠੀਕ ਆ ਜੀ ਉਹਨਾਂ ਪੱਠੇ ਜਿਹੜੇ ਹੁੰਦੇ ਬਾਥਰੂਮ ਵਿੱਚ ਪਾ ਦੇਈਦੇ ਆ ਇਹਨਾਂ ਨੂੰ ਹਾਂਜੀ ਹਾਂ ਜਿਹੜੇ ਦੁਪਹਿਰੇ ਇੱਧਰ ਪਾਉਂਦੇ ਸੀ ਉਹਨਾਂ ਨੂੰ ਉੱਧਰ ਹੀ ਪਾ ਦੇਈਦੇ ਆ ਠੰਡ ਕਰਕੇ ਠੀਕ ਆ ਜੀ ਉੱਧਰ ਹੀ ਖਾ ਕੇ ਬਹਿ ਜਾਂਦੇ ਆ ਉਹਨਾਂ ਨੂੰ ਸਵੇਰੇ ਇੱਧਰ ਕੱਢਾ ਕੇ ਮੱਥਾ ਟੇਕਣਾ ਜੰਡ ਸਾਹਿਬ ਸਾਹਿਬ ਹਨਾ ਲਵੋ ਇੱਧਰ ਹੈਗੇ ਆ
ਉਹ ਝਾੜੂ ਤਾਂ ਇੱਧਰ ਪਏ ਨੇ ਇੱਧਰ ਵੀ ਹੈ ਨਹੀਂ ਯਾਰ ਲਵੂ ਆ ਤਾਂ ਗਈ ਇੱਧਰ ਉਰੇ ਆ ਤਾਂ ਗਈ ਅੱਗੇ ਵਾਸਤੇ ਨਾ ਜੀ ਕਿਤੇ ਉਰੇ ਆ ਉਹ ਦਿੰਦਾ ਕੀ ਬੈਠਾ ਨੀਂਦਾ ਕੁੱਤਾ ਹੈ ਨਾ ਆ ਜਾ ਇੱਧਰ ਕਿਹੜਾ ਹੈ ਸੈਂਟ ਪਰਨਾਡ ਆ ਆਈ ਆ ਫਿਰ ਐਡਾ ਵੱਡਾ ਹੁੰਦਾ ਇਹ ਕੱਟੇ ਜਿੱਡਾ ਯਾਰ ਮੈਨੂੰ ਆ ਕੀ ਮੈਨੂੰ ਪਿਤਰੀ ਜੀ ਦਿੱਤੀ ਉਹ ਇੱਕ ਪਾਸੇ ਲੱਗੋ ਗੁਰੀ ਉਰੇ ਇੱਧਰ ਆ ਜਾ ਜਾ ਇੱਧਰ ਆ ਜਾ ਇੱਕ ਪਾਸੇ ਲੱਗੋ ਉਹ ਯਾਰ ਇੱਧਰੋਂ ਇੱਧਰ ਨੂੰ ਲੈ ਕੇ ਜਾਵਾਂਗੇ ਆ ਨਾਲੀ ਤੋਂ ਗਾਹਾਂ ਤਾਂ ਜਾਣੇ ਨਹੀਂ ਲਵੋ ਇੱਧਰ ਨਾ ਸਾਫ਼ ਕਰ ਯਾਰ ਤਾਂ ਕਮਲੀਆਂ ਨੇ ਗਾਲ ਨਹੀਂ ਮੰਨਦੀਆਂ ਹੁੰਦੀਆਂ ਹਾਂ ਕਿਵੇਂ ਨਹੀਂ ਨਹੀਂ ਫੱਟੇ ਲਾਉਣੇ ਪੈਂਦੇ ਇੱਧਰ ਧਰ ਦਿੰਦੇ ਯਾਰ ਇੱਧਰ ਆ ਜਾ ਇੱਧਰ ਨਾਲੀ ਤੋਂ ਗਾਹਾਂ ਤਾਂ ਜਾਏ ਨਹੀਂ ਜਾਣਾ ਹਾਂ ਜਮਾਂ ਗੱਲ ਨਹੀਂ ਮੰਨਦੀਆਂ ਹੈਗੀਆਂ ਸੁਖੇ ਇੱਧਰ ਕੁੱਤਾ ਹੈਗਾ ਬਚ ਕੇ ਹਾਏ ਕਿੰਨਾ ਨਜ਼ਾਰਾ ਆਉਂਦਾ ਹੁੰਦਾ ਸੀ ਨਾ ਆਪਾਂ ਸਾਰੇ ਜਾਣੇ ਹੁੰਦੇ ਸੋਨੀ ਹੋਰ ਉਹ ਉਦੋਂ ਪੜਾ ਨੇ ਸੋਨੀ ਹੁੰਦੀ ਸੀ ਨਾ ਹਾਇਆ ਸਾਰਾ ਸਾਫ਼ ਕਰ ਦਿੰਦੇ ਆਪਾਂ ਘੰਟਾ ਲਾ ਕੇ ਬਹੁਤ ਅੱਗ ਕੱਢੀ ਆ ਉਹ ਯਾਰ ਅੱਜ ਫਿਰ ਚੱਲ ਕੋਈ ਨੀ ਗੁਰੀ ਆਪਾਂ ਤਾਇਆ ਕਰਾਂਗੇ ਓਏ ਕੋਈ ਨੀ ਵਿਆਹ ਤੋਂ ਬਾਅਦ ਦੁਆਇਆ ਕਰਾਂਗੇ ਪੱਕਾ ਕਰਕੇ ਜਾਇਆ ਕਰਾਂ ਤੇਰੇ ਨਾਲ ਵਾਧਾ ਰਿਹਾ ਯਾਰ ਤੂੰ ਐਵੇਂ ਉਹ ਵੱਖਰੀ ਗੱਲ ਆ ਪਰ ਤਾਇਆ ਮੈਂ ਆਇਆ ਕਰਾਂਗੇ ਤੈਨੂੰ ਆਫਰ ਦਿਆ ਕਰਾਂਗੇ ਵੀ ਚੱਲ ਲਵੋ ਕਿਵੇਂ ਹਾਂ ਹੁਣ ਕਿਆ ਕਰੀ ਯਾਰ ਬਾਈ ਮੈਂ ਉੱਥੇ ਖੇਡਣ ਜਾਣਾ ਅੱਜ ਇੱਥੇ ਜਾਣਾ ਅੱਜ ਆਏ ਆ ਕੁੱਤਾ ਕਿੱਦਾਂ ਹੈ ਨਾ ਇਥੇ ਕਾਹਦਾ ਰੱਖੇ ਚੋਰਾ ਤਾਂ ਲੈ ਜਦੋਂ ਆਪਾਂ ਕਹਿੰਦਾ ਟੱਪ ਕੇ ਇੱਥੇ ਸੇਵਾ ਕਰਨ ਆਏ ਸੀ ਉਦੋਂ ਉੱਥੇ ਕੁੱਤੇ ਨੂੰ ਵੀ ਨੀ ਪਤਾ ਲੱਗਿਆ ਉਦੋਂ ਤਾਂ ਕੁੱਤੇ ਨੂੰ ਵੀ ਪਤਾ ਲੱਗਿਆ ਨੀ ਸੀ ਉਦੋਂ ਤਾਂ ਚਾਹ ਪੀਣੀ ਆ ਕੁਲਦੀਪ ਕੌਰ ਦੇਖ ਲੋ ਕਹਿੰਦੇ ਉਧਰ ਹੀ ਕਰਦੀ ਹੈ।